ਤੁਸੀਂ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ। ਅੱਜ 6ਵੇਂ ਭਾਗ ਵਿੱਚ ਸੁਣੋ ਸਾਡੀਆਂ ਜਿੰਦਾਂ ਨਾਲ ਖੇਡਦੀਆਂ ਵੈਕਸੀਨਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਂ ਨਿੱਕਾ ਜਿਹਾ ਸਾਂ ਤਾਂ ਸਾਡੇ ਵੇਲੇ 3 ਟੀਕੇ ਲਗਾਏ ਜਾਂਦੇ ਸਨ, ਹੈਜ਼ਾ, ਟਾਈਫਾਈਡ ਅਤੇ ਮਾਤਾ ਭਾਵ ਸਮਾਲ ਪਾਕਸ। ਹੁਣ ਤਾਂ ਬੇਅੰਤ ਵੈਕਸੀਨਾਂ ਬਣ ਗਈਆਂ ਹਨ। ਬੱਚੇ ਦੇ ਜੰਮਦਿਆਂ ਹੀ ਇਹਨਾਂ ਦੇ ਉੱਤੇ ਹਮਲੇ ਸ਼ੁਰੂ ਹੋ ਜਾਂਦੇ ਹਨ, ਰਿਕਾਰਡ ਬਣ ਜਾਂਦੇ ਹਨ, ਇਹ ਤਸੱਲੀ ਕਰਨ ਲਈ ਕਿ ਹਰ ਬੱਚਾ ਹੁਕਮ ਕੀਤੇ ਕੁੱਲ ਟੀਕੇ ਲਵਾ ਚੁੱਕਾ ਹੈ। ਵੈਕਸੀਨਾਂ ਦੀਆਂ ਵੰਨਗੀਆਂ ਇੱਕ ਨੀਮ ਹਕੀਮੀ ਦੀ ਹੱਦ ਤੱਕ ਜਾ ਪਹੁੰਚਦੀਆਂ ਹਨ। ਟੀਵੀ ਅਤੇ ਅਖਬਾਰਾਂ ਵੈਕਸੀਨਾਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਰਹਿੰਦੀਆਂ ਹਨ। ਵੈਕਸੀਨਾਂ ਦਾ ਇਤਿਹਾਸ ਕੋਈ ਸਿੱਧਾ ਪੱਧਰਾ ਨਹੀਂ। ਕਈ ਵਾਰ ਇਹ ਨਾ ਕੇਵਲ ਰੋਗ ਰੋਕਣ ਵਿੱਚ ਫੇਲ ਹੋਈਆਂ, ਸਗੋਂ ਇਹਨਾਂ ਦੇ ਕਾਰਨ ਰੋਗ ਖਿਲਰਨ ਵਿੱਚ ਮਦਦ ਮਿਲੀ। ਅਮਰੀਕਾ ਵਿੱਚ 1960 ਵਿੱਚ ਲੱਭੀ ਗਈ ਪੋਲੀਓ ਵੈਕਸੀਨ ਦੇ ਵਿੱਚ SV40 ਨਾਂ ਦੀ ਵਾਇਰਸ ਦੀ ਮਿਲਾਵਟ ਹੈ, ਜਿਸ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਇਹ ਤੱਥ ਲੱਭਿਆ ਤਦੋਂ ਤੱਕ ਕਰੋੜਾਂ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਸਨ। 1871-72 ਵਿੱਚ ਇੰਗਲੈਂਡ 'ਚ ਕੁੱਲ ਵਸੋਂ ਨੂੰ ਚੇਚਕ ਦੇ ਟੀਕੇ ਲਗਾਏ ਗਏ। ਉਸ ਪਿੱਛੋਂ ਚੇਚਕ ਦੀ ਵਜ੍ਹਾ ਨਾਲ 45,000 ਮੌਤਾਂ ਹੋਈਆਂ। ਇਸੇ ਤਰ੍ਹਾਂ ਜਰਮਨ ਵਿੱਚ 1,25,000 ਮੌਤਾਂ ਹੋਈਆਂ। 1940 ਵਿੱਚ ਜਰਮਨੀ ਨੇ ਡਿਪਥੀਰੀਆ ਦੇ ਟੀਕੇ ਚਾਲੂ ਕਰ ਦਿੱਤੇ। 1945 ਤੱਕ ਡਿਪਥੀਰੀਆ ਮੌਤਾਂ ਦੀ ਗਿਣਤੀ 40,000 ਤੋਂ ਵੱਧ ਕੇ 2.5 ਲੱਖ ਤੱਕ ਜਾ ਪਹੁੰਚੀ। 1967 ਵਿੱਚ ਅਫਰੀਕੀ ਦੇਸ਼ ਘਾਨਾ ਨੇ ਐਲਾਨ ਕੀਤਾ, ਜੋ ਵਿਸ਼ਵ ਸਿਹਤ ਸੰਸਥਾ WHO ਦੀ ਮਦਦ ਨਾਲ ਖਸਰਾ ਭਾਵ ਮੀਜ਼ਲਜ਼ ਰੋਗ ਦਾ ਖਾਤਮਾ ਕੀਤਾ ਗਿਆ ਹੈ। ਉਸੇ ਹੀ ਸਾਲ ਘਾਨਾ ਵਿੱਚ ਖਸਰੇ ਮੀਜ਼ਲਜ਼ ਨੇ ਭਾਰੀ ਹਮਲਾ ਕੀਤਾ, ਜਿਸ ਕਾਰਨ ਸਧਾਰਨ ਨਾਲੋਂ ਕਿਤੇ ਵੱਧ ਮੌਤਾਂ ਹੋਈਆਂ। ਵੈਕਸੀਨ ਵਾਲੇ ਤਾਂ ਇਹ ਕਹਿ ਕੇ ਹੱਥ ਸਾਫ਼ ਕਰ ਗਏ ਕਿ ਜੇ ਵੈਕਸੀਨ ਨਾ ਹੁੰਦੀ ਤਾਂ ਮੌਤਾਂ ਕਿਤੇ ਵੱਧ ਹੋਣੀਆਂ ਸਨ। 1977 ਵਿੱਚ ਜੌਹਨ ਸਾਲਕ, ਜਿਸ ਨੇ ਪੋਲੀਓ ਵੈਕਸੀਨ ਬਣਾਈ ਸੀ, ਆਪਣੇ ਹੋਰ ਸਾਥੀਆਂ ਨਾਲ ਸਹੁੰ ਖਾ ਕੇ ਬਿਆਨ ਦਿੱਤਾ, 1961 ਤੋਂ 1977 ਤੱਕ ਦੇ ਬਹੁਤੇ ਪੋਲੀਓ ਕੇਸ ਅਮਰੀਕਾ ਵਿੱਚ ਉਸੇ ਦੀ ਵੈਕਸੀਨ ਕਾਰਨ ਹੋਏ ਸਨ। ਕਹਿੰਦੇ ਨੇ ਅਮਰੀਕਾ ਵਿੱਚ FDA ਦਵਾਈਆਂ ਉੱਤੇ ਕੜੀ ਨਿਗਰਾਨੀ ਰੱਖਦੀ ਹੈ। 1970 ਵਿੱਚ ਭਾਰਤ ਵਿੱਚ TB ਦੇ ਵੈਕਸੀਨ ਕਰਵਾਏ ਗਏ, 2.5 ਲੱਖ ਲੋਕਾਂ ਦਾ ਜਾਇਜ਼ਾ ਲਿਆ ਗਿਆ। ਨਾ ਵੈਕਸੀਨ ਲੋਕਾਂ ਦੇ ਮੁਕਾਬਲੇ ਵੈਕਸੀਨ ਲੱਗਿਆਂ ਅੰਦਰ TB ਦੀ ਬਿਮਾਰੀ ਵੱਧ ਦੇਖੀ ਗਈ। ਅੱਜ ਕੱਲ੍ਹ ਤਾਂ ਹਰ ਬੱਚੇ ਨੂੰ BCG ਦਾ ਟੀਕਾ ਲੱਗਿਆ ਹੁੰਦਾ ਹੈ, ਤਾਂ ਵੀ ਵਸੋਂ ਦੇ ਅੰਦਰ ਬੇਅੰਤਾਂ ਨੂੰ TB ਦਾ ਰੋਗ ਢਾ ਲੈਂਦਾ ਹੈ। ਇਸ ਉੱਤੇ ਵਧੇਰੇ ਖੋਜ ਕਰਨ ਦੀ ਲੋੜ ਹੈ। 1978 ਅਮਰੀਕਾ ਦੇ 30 ਪ੍ਰਾਂਤਾਂ ਵਿੱਚ ਇੱਕ ਸਰਵੇ ਅਨੁਸਾਰ ਅੱਧੇ ਤੋਂ ਵੱਧ ਖਸਰੇ ਦੇ ਰੋਗੀ ਉਹ ਹੁੰਦੇ ਹਨ ਜਿਨ੍ਹਾਂ ਨੂੰ ਇਸ ਰੋਗ ਵਿਰੁੱਧ ਵੈਕਸੀਨ ਲਗਾਈ ਜਾ ਚੁੱਕੀ ਹੁੰਦੀ ਹੈ। 1981 ਫਰਵਰੀ ਅਮਰੀਕਨ ਮੈਡੀਕਲ ਐਸੋਸੀਏਸ਼ਨ ਅਨੁਸਾਰ 90% ਔਰਤਾਂ ਅਤੇ ਬੱਚਿਆਂ ਦੇ ਡਾਕਟਰ ਆਪਣੇ ਆਪ ਨੂੰ ਰੂਬੈਲਾ ਵੈਕਸੀਨ ਲਗਵਾਉਣ ਤੋਂ ਨਾ ਕਰਦੇ ਹਨ। ਇਸ ਦੇ ਉਲਟ ਆਪਣੇ ਇਲਾਜ ਥੱਲੇ ਰੋਗੀਆਂ ਨੂੰ ਇਹ ਟੀਕੇ ਧੜਾਧੜ ਲਗਾਈ ਜਾਂਦੇ ਹਨ। 1979 ਸਵੀਡਨ ਨੇ ਕਾਲੀ ਖੰਘ ਦੇ ਟੀਕੇ ਵਰਤਣੇ ਬੰਦ ਕਰਵਾ ਦਿੱਤੇ। ਉਹਨਾਂ ਵੇਖਿਆ ਕਿ 1978 ਵਿੱਚ ਹੁੰਦੇ 5140 ਕਾਲੀ ਖੰਘ ਦੇ 84% ਰੋਗੀ ਬੱਚਿਆਂ ਨੂੰ ਕਾਲੀ ਖੰਘ ਦੇ 3-3 ਟੀਕੇ ਲੱਗ ਚੁੱਕੇ ਸਨ। BMJ 1981 1987 ਅਮਰੀਕਾ 'ਚ DPT ਦੇ ਟੀਕੇ ਦਾ ਮੁੱਲ 11 ਸੈਂਟ ਤੋਂ ਵਧਾ ਕੇ $11 100 ਗੁਣਾ ਕਰ ਦਿੱਤਾ ਗਿਆ। ਇਸ ਵਿੱਚੋਂ ਹਰ ਟੀਕੇ ਪਿੱਛੇ $8 ਉਹਨਾਂ ਮੁਕੱਦਮਿਆਂ ਨੂੰ ਨਜਿੱਠਣ ਲਈ ਰੱਖੇ ਗਏ ਜੋ ਬੱਚਿਆਂ ਦੀਆਂ ਵੈਕਸੀਨਾਂ ਦੀ ਵਰਤੋਂ ਉਪਰੰਤ ਮੌਤ ਜਾਂ ਦਿਮਾਗੀ ਹਾਨੀ ਹੋਣ ਦੀ ਹਾਲਤ ਵਿੱਚ ਮਾਪਿਆਂ ਨੇ ਕੰਪਨੀ ਉੱਤੇ ਕੀਤੇ। ਹੁਣ ਦੇ ਸੋਧੇ ਕਾਨੂੰਨ ਅਨੁਸਾਰ ਅੱਜ ਕਿਸੇ ਵੀ ਦਵਾਈ ਨਾਲ ਹਾਨੀ ਹੋਣ ਉੱਤੇ ਕੰਪਨੀ ਉੱਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। 1990 ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿੱਚ ਛਪਿਆ, ਹਾਲਾਂਕਿ 95% ਸਕੂਲ ਜਾਂਦੇ ਬੱਚਿਆਂ ਨੂੰ ਖਸਰੇ ਦੇ ਟੀਕੇ ਲੱਗੇ ਹੋਏ ਸਨ, ਤਾਂ ਵੀ ਵੈਕਸੀਨ ਲੱਗੇ ਬੱਚਿਆਂ ਵਿੱਚ ਥਾਂ ਥਾਂ ਉੱਤੇ ਖਸਰਾ ਜ਼ੋਰਦਾਰ ਢੰਗ ਨਾਲ ਫੁੱਟਿਆ ਹੈ।
1994 न्यू इंग्लैंड मेडिकल जर्नल अनुसार 80% उन्हां 5 साल दे हेठां बच्चियां नूं काली खंघ होई जिन्हां नूं रोकथाम दे टीके पहलां लगे हुए सन। नवंबर 2000 अमरीकी फिजिशियन अते सर्जन एसोसीएशन ने अपने 57वें सेंट लुइस के इजलास विच एक आवाज़ नाल मता पास किया कि बच्चियां लई लाजमी टीकियां दियां हदायतां खत्म होनियां चाहीदियां हन। 2009 होर बथेरियां उदाहरणां ने, पर चलो अज दे स्वाइन फ्लू वल चलीए। 1976 विच अमरीका विच स्वाइन फ्लू दी कियामत दा रौला पिया पड़ो पाया गया। 20 करोड़ वैक्सीन खुराकां तैयार करके 4 करोड़ लोगों नूं टीके लगा भी दिते गए, पर आप हुदरे स्वाइन फ्लू ने कंपनियां वल्लों चालू कीती भगदड़ दा साथ नहीं दिता अते अपने आप गायब हो गया। 16 करोड़ खुराकां बच गईयां। अज शायद उही बच रहीयां वैक्सीनां कंपनियां नूं ढेर मुनाफा दे रहीयां। वड्डियां सरकारां अते WHO कोलों स्वाइन फ्लू दी वबा फुटण दा भयानक होका अते उस तों बचण लई वैक्सीन दे टीके लगवाउण दी वकालत भी कंपनियां वल्लों भारी दबाअ करके होई है। बथेरियां सरकारां ने अपने लोकां दे इमानती बजट नूं डाका मार के वैक्सीनां दे भंडार बना ले हन। साडे देश विच वी स्वाइन फ्लू नूं इन्ना उछालिया गया मीडिया दी मेहरबानी नाल कि स्कूल कॉलेज ठप हो गए, लोकां दी आवाजाई घट गई अते बाहरों सैलानी आने घट गए। इस पिछों सरकार नूं होश आई तां ऐलान होया कि इस फ्लू तों डरन दी लोड़ नहीं अते सवाए मामूली एहतियात तों होर कुछ करन दी लोड़ नहीं। स्वाइन फ्लू दी आफत दे ढंडोरे पिछों होण दीआं हदायतां इह हन, जे तुहानूं छाती विच पीड़ होवे, साह औखा आउंदा होवे, लगातार उल्टियां आई जाण अते बुखार वधदा जावे तां हस्पताल दे एमरजेंसी कमरे विच जाणा चाहीदा है। जरा सोचो वबा दी सूरत विच एक एमरजेंसी कमरे जां कमरियां विच हजारां लखां करोड़ां अते अरबां लोग किवें समा जाणगे? डाक्टर आप किन्ने बच रहि के ड्यूटी उत्ते आ सकणगे? हस्पतालां विचों तां उल्टियां दी सफाई नहीं हो सकनी। वबा दे भयानक नक्शे पिछों उन्हां 16 करोड़ वैक्सीन खुराकां दी विक्री दा मसला है जो 1976 विच बच रहियां सन। वैक्सीन टीकियां दी वरतों पिछे जिहड़े माड़े असर बेअंत लोकां विच वेखे जाणगे, उह आउंदे समयां विच वी कंपनियां दी कमाई विच वाधा पाउंदे रहणगे। गिणती कीती गई है कि स्वाइन फ्लू तों एक मौत रोकण लई 2 लाख लोकां नूं वैक्सीन टीके लाउणे पैणगे। इन्हां विचों किन्ने लोकां नूं वैक्सीन दे अणसुखावें असर होणगे? उन्हां लोकां दी कौण सार लवेगा? हो सकदा है कि जिथे वैक्सीन दे नाल 2 लाख लोकां पिछे एक बच जावे, उत्थे इन्हां 2 लाख पिछे 10 लोक वैक्सीन दे मंदे असर कारण मर जाणगे। जनता दी सेहत आम समझ नहीं बल्कि सियासत उत्ते आधारी गई है। सियासत कहिंदी है करो कुछ करो क्योंकि इह लोकां दी मंग है। असलियत इह है कि कुछ ना करन विच ही लोकां दी भलाई है। किताब दूजा पासा, लेखक डॉक्टर दलजीत सिंह अमृतसर, आवाज़ गुरजंट सिंह रूपोवाली। वाहिगुरु जी का खालसा, वाहिगुरु जी की फतेह।